ਯੂਰੋਲੋਜੀਕਲ ਪ੍ਰੋਬਲਮ ਪਿਸ਼ਾਬ 'ਚ ਖੂਨ ਦਾ ਆਉਣਾ, ਗੁਰਦੇ ਦੀ ਪੱਥਰੀਆਂ, ਪਿਸ਼ਾਬ ਦੀ ਥੈਲੀ ਦੀ ਪੱਥਰੀਆਂ। ਮੈਂ ਤੁਹਾਡਾ ਆਪਣਾ ਡਾਕਟਰ ਦਕਸ਼ ਮਹਾਜਨ, ਆਈ ਐਮ ਦ ਕੰਸਲਟੈਂਟ ਯੂਰੋਲੋਜਿਸਟ ਐਂਡਰੋਲੋਜਿਸਟ ਐਂਡ ਕਿਡਨੀ ਟ੍ਰਾਂਸਪਲਾਂਟ ਸਰਜਨ ਐਸੋਸੀਏਟਿਡ ਵਿਦ ਅਮਨਦੀਪ ਗਰੁੱਪ ਆਫ ਹਸਪਤਾਲਸ। ਅੱਜ ਮੈਂ ਤੁਹਾਡੇ ਨਾਲ ਇੱਕ ਯੂਰੋਲੋਜੀਕਲ ਪ੍ਰੋਬਲਮ ਬਾਰੇ ਥੋੜ੍ਹੀ ਜਾਣਕਾਰੀ ਸਾਂਝਾ ਕਰਨਾ ਚਾਹਾਂਗਾ। ਇਸ ਪ੍ਰੋਬਲਮ ਦਾ ਨਾਮ ਮੈਡੀਕਲੀ ਅਸੀਂ ਕਹਿੰਦੇ ਹਾਂ ਹੈਮੈਚੂਰੀਆ, ਮਤਲਬ ਪਿਸ਼ਾਬ 'ਚ ਖੂਨ ਦਾ ਆਉਣਾ। ਪਿਸ਼ਾਬ 'ਚ ਖੂਨ ਲਗਾਤਾਰ ਆ ਸਕਦਾ ਹੈ, ਲਾਲ ਰੰਗ ਦਾ ਯੂਰਿਨ ਆ ਸਕਦਾ ਹੈ, ਪਿਸ਼ਾਬ ਕਰਨ ਤੋਂ ਪਹਿਲੇ ਜਾਂ ਬਾਅਦ 'ਚ ਖੂਨ ਦੇ ਪਿਸ਼ਾਬ ਹੋ ਸਕਦਾ ਹੈ, ਜਾਂ ਫਿਰ ਪਿਸ਼ਾਬ ਤੋਂ ਬਾਅਦ ਖੂਨ ਦੇ ਥੱਕੇ ਨਿਕਲ ਸਕਦੇ ਹਨ। ਜੇ ਕਦੇ ਵੀ ਕਿਸੇ ਨੂੰ ਇਸ ਚੀਜ਼ ਦੀ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਇਸ ਚੀਜ਼ ਨੂੰ ਅਣਦੇਖਾ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਕੋਈ ਵੱਡੀ ਬਿਮਾਰੀ ਦੇ ਬਾਰੇ ਸੰਕੇਤ ਦੇ ਸਕਦਾ ਹੈ। ਪਿਸ਼ਾਬ ਵਿੱਚ ਖੂਨ ਆਉਣ ਦੇ ਕਈ ਕਾਰਨ ਹੁੰਦੇ ਹਨ, ਜਿਸ ਵਿੱਚ ਸਭ ਤੋਂ ਖਤਰਨਾਕ ਕਾਰਨ ਹੁੰਦਾ ਹੈ ਕੈਂਸਰ। ਪਿਸ਼ਾਬ ਦੀ ਥੈਲੀ ਦਾ ਕੈਂਸਰ, ਗੁਰਦੇ ਦਾ ਕੈਂਸਰ, ਮਰਦਾਂ ਦੇ ਵਿੱਚ ਗਦੂਦਾਂ ਦਾ ਕੈਂਸਰ, ਇਹ ਕੁਝ ਕਾਰਨ ਹੁੰਦੇ ਹਨ ਜਿਹਦੇ ਕਰਕੇ ਪਿਸ਼ਾਬ ਵਿੱਚ ਖੂਨ ਆ ਸਕਦਾ ਹੈ। ਜ਼ਰੂਰੀ ਨਹੀਂ ਹੈ ਕਿ ਪਿਸ਼ਾਬ ਵਿੱਚ ਖੂਨ ਆਉਣ ਦਾ ਮਤਲਬ ਹੈ ਕਿ ਤੁਹਾਨੂੰ ਕੈਂਸਰ ਹੈ, ਇਹਦੇ ਕਈ ਹੋਰ ਕਾਰਨ ਵੀ ਹੁੰਦੇ ਹਨ, ਜਿਵੇਂ ਗੁਰਦੇ ਦੀ ਪੱਥਰੀਆਂ, ਪਿਸ਼ਾਬ ਦੀ ਥੈਲੀ ਦੀ ਪੱਥਰੀਆਂ, ਇਨਫੈਕਸ਼ਨ ਪਿਸ਼ਾਬ ਦੇ ਵਿੱਚ, ਜਾਂ ਫਿਰ ਕਈ ਹੋਰ ਬਿਨਾਈਨ ਪੈਥੋਲੋਜੀਜ਼ ਹੁੰਦੀਆਂ ਹਨ ਜਿਹੜੀ ਕਿ ਜ਼ਿਆਦਾ ਖਤਰਨਾਕ ਨਹੀਂ ਹੁੰਦੀਆਂ। ਪਰ ਜਦੋਂ ਵੀ ਕਿਸੇ ਨੂੰ ਇਹ ਸਿਮਟਮ ਆਉਂਦਾ ਹੈ ਉਹਨੂੰ ਆਪਣੇ ਡਾਇਗਨੋਸ ਜ਼ਰੂਰ ਕਰਵਾਉਣਾ ਚਾਹੀਦਾ ਹੈ, ਕਿਉਂਕਿ ਹੋ ਸਕਦਾ ਹੈ ਇਹ ਕੈਂਸਰ ਦੇ ਪਨਪਣ ਦੀ ਨਿਸ਼ਾਨੀ ਹੋ। ਮੈਂ ਆਪਣੀ ਪ੍ਰੈਕਟਿਸ 'ਚ ਵੇਖਿਆ ਹੈ ਕਿ ਕਈ ਪੇਸ਼ੈਂਟਸ ਜੋ ਇਸ ਬਿਮਾਰੀ ਦਾ ਸ਼ਿਕਾਰ ਹੁੰਦੇ ਹਨ ਉਹ ਸਾਡੇ ਕੋਲ ਕਾਫ਼ੀ ਲੇਟ ਸਟੇਜ 'ਤੇ ਆਉਂਦੇ ਹਨ। ਉਹ ਆਪਣੇ ਜਿਹੜੇ ਇਨੀਸ਼ੀਅਲ ਸਿਮਟਮਸ ਹੈ, ਜਦੋਂ ਉਹਨਾਂ ਦਾ ਪਹਿਲੀ ਵਾਰੀ ਪਿਸ਼ਾਬ 'ਚ ਖੂਨ ਆਇਆ ਸੀ, ਉਹਨੂੰ ਅਣਦੇਖਾ ਕਰਦੇ ਰਹਿੰਦੇ ਹਨ। ਜਦੋਂ ਇਹ ਬਿਮਾਰੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਫਿਰ ਉਹ ਸਾਡੇ ਕੋਲ ਪ੍ਰਜੈਂਟ ਕਰਦੇ ਹਨ, ਤਾਂ ਕਿ ਸਟੇਜ ਜਿਹੜੀ ਹੈ ਉਹ ਕਾਫ਼ੀ ਅੱਗੇ ਵੱਧ ਚੁੱਕੀ ਹੁੰਦੀ ਹੈ। ਸੋ ਮੇਰੀ ਇਹੀ ਅਪੀਲ ਹੈ, ਜੇ ਕਿਸੇ ਨੂੰ ਪਿਸ਼ਾਬ ਵਿੱਚ ਖੂਨ ਆਉਂਦਾ ਹੈ ਉਹ ਫਸਟ ਸਾਈਨ 'ਤੇ ਹੀ ਆਪਣੇ ਯੂਰੋਲੋਜਿਸਟ ਨਾਲ ਕੰਸਲਟ ਕਰੇ, ਆਪਣਾ ਡਾਇਗਨੋਸ ਕਰਾਏ, ਤਾਂ ਕਿ ਅਸੀਂ ਵੱਡੀ ਬਿਮਾਰੀ ਤੋਂ ਬਚ ਸਕੀਏ।